ਸਰ ਰਾਤੀ ਤਕਰੀਬਨ 1:30 ਵਜੇ ਟਾਈਮ ਸੀਗਾ ਤੇ ਸਾਡੇ ਇੱਥੇ ਖੜਾਕ ਹੋਇਆ ਸੀਗਾ, ਠੀਕ ਹੈ, ਜਦੋਂ ਗਰੈਂਡਰ ਚੱਲਣ ਦੀ ਆਵਾਜ਼ ਆਈ ਅਸੀਂ ਜੋ ਰਾਤੀ ਉੱਠ ਕੇ ਵੇਖਿਆ ਤੇ 2 ਜਣੇ ਇੱਥੇ ਲੱਗੇ ਸੀਗੇ, ਆਹ ਜਿਹੜੇ ਆਪਣੇ PWD ਦੇ ਖੰਭੇ ਲੱਗੇ ਹੋਏ ਆ ਨਾ ਇਹਨਾਂ ਨੂੰ ਵੱਢਣ ਤੇ, ਠੀਕ ਹੈ, ਜਦੋਂ ਅਸੀਂ ਟੋਰਚ ਮਾਰੀ ਉਹ ਛੱਡ ਕੇ ਇੱਥੋਂ ਦੌੜ ਗਏ ਸੀ ਇੱਕ ਵਾਰ, ਫਿਰ ਰਾਤ ਤਕਰੀਬਨ 2:30 ਵਜੇ ਤੋਂ ਬਾਅਦ ਫਿਰ ਇੱਕ ਵਾਰੀ ਵਾਪਸ ਸਮਾਨ ਚੁੱਕਣ ਆਏ ਸੀਗੇ, ਪਰ ਫਿਰ ਸਾਨੂੰ ਵੇਖ ਫਿਰ ਭੱਜ, ਇਹ ਇੱਕ ਵਾਰ ਨਹੀਂ 2 ਵਾਰੀ ਹੋ ਚੁੱਕਾ ਕੰਮ। ਚੋਰੀਆਂ ਸਰ ਵੱਧ ਹੁੰਦੀਆਂ ਸਾਡੇ ਪਿੰਡ, ਕਾਰਨ ਜ਼ਿਆਦਾ ਨਸ਼ੇ ਵਾਲੇ ਆ ਜ਼ਿਆਦੇ, ਠੀਕ ਹੈ ਸਰ, ਕਿਉਂਕਿ ਨਸ਼ਾ ਅਗਲਾ ਨੂੰ ਪੂਰਤੀ ਨਹੀਂ ਹੁੰਦਾ ਸਮਾਨ ਵੱਢ ਕੇ ਵੇਚਣਾ ਉਹਨਾਂ ਨੇ, ਮੰਗ ਸਰ ਇਹੀ ਕਰਦੇ ਇਨਕੁਆਇਰੀ ਹੋਣੀ। ਇਹ ਸਰ ਰਾਤੀ 2 ਵਜੇ ਦਾ ਟਾਈਮ ਸਰ ਮੈਨੂੰ ਫੋਨ ਆਇਆ ਸੀ, ਇੱਥੋਂ ਲਾਗੇ ਜਾਂਗੜਾਲੀ ਰੋਡ ਆ, ਇੱਥੇ ਕੋਈ ਨਾ ਬੋਰਡ ਲੱਗੇ ਸੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਦੇ, ਉਹ ਬੋਰਡ 3-4 ਤੇ ਪਹਿਲਾਂ ਵੱਢ ਕੇ ਲੈ ਗਏ ਸੀ, 2-3 ਦਿਨ ਹੋ ਗਏ ਆ, ਰਾਤੀ ਫਿਰ ਆਏ ਤੇ ਰਾਤੀ ਇੱਕ ਬੋਰਡ ਵੱਢ ਕੇ ਨਾ ਸਾਈਡ ਤੇ ਰੱਖਿਆ ਤੇ ਦੂਜਾ ਵੱਢਣ ਡਿਆ ਤੇ ਇਹਨਾਂ ਨੂੰ ਲਾਗੇ ਗੁਆਂਢੀਆਂ ਨੂੰ ਖੜਾਕ ਆਇਆ ਜਦੋਂ ਕਟਰਤਾ, ਤੇ ਇਹ ਉੱਠਿਆ ਵੇਖਿਆ ਤੇ ਉਹ ਜਦੋਂ ਇਹਨਾਂ ਟਾਰਚ ਮਾਰੀ ਤੇ ਉਹ ਬੰਦੇ ਭੱਜ ਗਏ, ਬੋਰਡ ਵੀ ਇੱਥੇ ਰਹਿ ਗਿਆ। ਬਾਅਦ ਚ ਥੋੜੇ ਟਾਈਮ ਬਾਅਦ ਫਿਰ ਆਏ ਦੁਬਾਰਾ, ਤੇ ਜਦੋਂ ਦੁਬਾਰਾ ਆਏ ਤੇ ਇਹ ਰਾਖੀ ਰੱਖਣ ਡਏ ਸੀ, ਜਦੋਂ ਇਹਨਾਂ ਫਿਰ ਵੇਖਿਆ ਤੇ ਉਹ ਮੋਟਰਸਾਈਕਲ ਲੈ ਕੇ ਭਜਾ ਕੇ ਲੈ ਗਏ ਆ, ਤੇ ਇਹ ਮੇਰੇ ਹਿਸਾਬ ਨਾਲ ਕਰੀਬ 5 ਬੋਰਡ ਆ ਜਿਹੜੇ ਲੱਗੇ ਸਾਡੇ ਰੋਡ ਤੇ, ਉਹ 5 ਵੱਢ ਕੇ ਲੈ ਗਏ। ਮੰਗ ਅਸੀਂ ਇਹੋ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਕਿ ਜਿਹੜਾ ਨਸ਼ਿਆਂ ਦਾ ਸਾਡੇ ਪਿੰਡ ਨਸ਼ਿਆਂ ਦਾ ਦੌਰ ਬਹੁਤ ਜ਼ਿਆਦਾ ਵਾ, ਆਹ ਲਾਗੇ ਸਕੂਲ ਆ, ਸਕੂਲ ਦੇ ਲਾਗੇ ਟੈਂਕੀ ਆ ਖਾਲੀ, ਉੱਥੇ ਇੰਨਾ ਮੁੱਲ ਖਾਣ ਕੇ ਸਮੈਕ ਪੀਂਦਾ ਵਾ, ਕਿਉਂਕਿ ਮੋਟਰਸਾਈਕਲਾਂ ਦੇ ਲੈਣਾਂ ਹੀ ਲੱਗੀਆਂ ਹੁੰਦੀਆਂ ਇੱਥੇ, ਇੱਥੇ ਆਵੇ ਪੁਲਿਸ ਆਵੇ ਕੋਈ ਗੇੜਾ ਮਾਰੇ, ਅਸੀਂ ਤੇ ਕਹਿ ਕਹਿ ਕੇ ਹਟ ਗਏ ਹਾਂ, ਤੇ ਉਹ ਜਿਹੜੀ ਰੋਕਥਾਮ ਜਿਹੜੀ ਲੱਗ ਸਕਦੀ ਆ, ਕਿਉਂਕਿ ਸਾਡੇ 2 ਜਗ੍ਹਾ ਵਾ, ਇੱਕ ਇੱਥੇ ਪੁਰਾਣੀ ਟੈਂਕੀ ਲੱਗ ਗਏ, ਇੱਕ ਜਨਰਲ ਸ਼ਮਸ਼ਾਨ ਘਾਟ ਜਿੱਥੇ ਸਮੈਕ ਦਾ ਅੱਡਾ ਬਣ ਗਿਆ ਜੀ, ਬਹੁਤ ਜ਼ਿਆਦਾ ਸਮੈਕ ਇੱਥੇ ਟੀਕੇ ਲਾਉਂਦੇ ਇੱਕੋ।